कोई भी केक, कोई भी बिस्किट ले लो, सारे बिस्किट इकट्ठे करके इकट्ठे करने और करने मतलब हाँ जितने 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 इकट्ठे होंगे इकट्ठे बट्ठे कितों भी लैके मतलब खरीद के इकट्ठे कर लो तो तुम सारे क्रश कर लेना आप पूरा ए चूरा बना देना। ये सारे बिस्किट नूं कढ लिया पैकेटां विचों बिस्किट सारे इकट्ठे करके इन्हां नूं हुण आपां मिक्सी च पा लो जां ते फिर दूजा तरीका तुहानूं आपां दसदे आं जिहड़ा आपां अपना लगे आं। दूजा तरीका हैगा जी बिस्किटां नूं पा के किसी कपड़े च ते आपां इन्हां नूं अच्छी तरह कुटेंगे कुट कुट के इसकी चटनी बना कुट के इसकी चटनी बना देंगे चूरा बना देंगे इसका चूरा। तो इसको बेलन के साथ ऐसे 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 मारेंगे ये ओह माय गॉड कैसे बेचारी बिस्किट ओह माय गॉड ये भी तो बेचारी रो रहे होंगे। ये शख्स को ध्यान से देखिए ये तो चटनी बना देगा अब बिस्किट अरे ध्यान से लग रही है उसको नाले अपन दो चम्मच या तीन चम्मच शेफ साहब की कहते हो तीन पा लिया चलो जी शेफ साहब कह रहे ने तीन चम्मच पा लेने केक केक च चीनी तो आप तीन चम्मच पा लिया वैसे चीनी थोड़ी घट ही रखो तो बैटर आ क्योंकि फिर बिस्किट साढ़े ऑलरेडी मिठे ने ले ले भी आप क्रीम वाले ने चलो जी ये मैश कर लेना वा शेफ साहब दुध पा लिया हूँ साडा बिस्किट पूरा चूरा हो गया वो पा देना है एक चम्मच या दो चम्मच वेरका का घ्यो ਉਹਨੂੰ ਕਰ ਦੇਣਾ ਮੈਸ਼ ਅਤੇ ਨਾਲੇ ਹੀ ਆਪਾਂ ਇੱਕ ਸਾਈਡ 'ਤੇ ਹਲਕਾ ਜਿਹਾ ਦੁੱਧ ਨਰਮ ਕਰ ਲੈਣਾ ਵਾ ਗੁਣਗੁਣਾ ਜਿਹਾ ਜ਼ਿਆਦਾ ਗਰਮ ਨਹੀਂ ਕਰਨਾ ਇਹਨੂੰ ਵੀ ਆਪਾਂ ਪਾ ਦੇਣਾ ਫਿਰ ਕੇਕ ਦੇ ਵਿੱਚ ਚੂਰੇ ਨੂੰ ਹਿਲਾ ਦੇਣਾ ਚੰਗੀ ਤਰ੍ਹਾਂ ਹੁਣ ਜਿਹੜੀ ਮੇਨ ਚੀਜ਼ ਆ ਆਪਾਂ ਪੇਸਟ ਬਣੀ ਹੋਈ ਕੇਕ ਜਿਹੜੀ ਚੋਕਲੇਟ ਆ ਆਪਣੀ ਉਹਦੇ ਵਿੱਚ ਆਪਾਂ ਪਾਉਣਾ ਇੱਕ ਚਮਚ ਇਨੋ ਇਹਦੇ ਨਾਲ ਹੀ ਇਹ ਫੁੱਲਣਾ ਹੈ ਕੇਕ ਫੁੱਲ ਕੇ ਕੇਕ ਨੇ ਬਹੁਤ ਵੱਡਾ ਹੋ ਜਾਣਾ ਹੈ 25 ਸਾਲਾਂ ਦਾ 35 ਹੋ ਜਾਣਾ ਦੇਖਿਓ ਨਾਲ ਥੋੜ੍ਹਾ ਦੁੱਧ ਪਾ ਲਓ ਤਾਂ ਕਿ ਇਨੋ ਨੂੰ ਫੁੱਲਣ 'ਚ ਉਹ ਬਿਲ ਜੇ ਅਤੇ ਜਲਦੀ ਨਹੀਂ ਜਲਦੀ ਤੁਸੀਂ ਹਿਲਾ ਦੇਣਾ ਵਾ ਕਿਉਂਕਿ ਇਨੋ ਫੁੱਲ ਕੇ ਬਾਹਰ ਆ ਜਾਣੀ ਆ ਤੁਹਾਨੂੰ ਪਤਾ ਨਹੀਂ ਲੱਗਣਾ ਕੇਕ ਤੁਹਾਡਾ ਕਦੋਂ ਬਾਹਰ ਆ ਗਿਆ ਇਨੋ ਪਾ ਕੇ ਆਪਾਂ ਪੂਰੀ ਤਰ੍ਹਾਂ ਹਿਲਾਤਾ ਵਾ ਅਤੇ ਦੂਜੇ ਪਾਸੇ ਆਪਾਂ ਜਿਸ ਤੁਸੀਂ ਕੇਕ ਨੂੰ ਨਾ ਚਾਹੁੰਦੇ ਹੋ ਉਹਦੇ 'ਚ ਆਪਾਂ ਸਾਈਡਾਂ 'ਤੇ ਘਿਓ ਜਾਂ ਮੱਖਣ ਕੁਛ ਵੀ ਲਾਤਾ ਤਾਂ ਕਿ ਕੇਕ ਚਿਪਕੇ ਨਾ ਸਾਡਾ ਅਤੇ ਦੂਜੇ ਪਾਸੇ ਸਾਡਾ ਉਹ ਲੂਣ ਵਿੱਚ ਸਟੈਂਡ ਪਿਆ ਹੋਇਆ ਗਰਮ ਹੋ ਚੁੱਕਿਆ ਵਾ ਹੁਣ ਆਪਾਂ ਕੇਕ ਦੀ ਪੇਸਟ ਇਹਦੇ 'ਚ ਪਾ ਦੇਣੀ ਆ ਇਹ ਹੁਣ ਕੇਕ ਆਪਣਾ ਪੈ ਗਿਆ ਬਰਤਨ 'ਚ ਇਹ ਆਪਾਂ ਕੁੱਕਰ ਦੇ ਅੰਦਰ ਰੱਖ ਦੇਣਾ ਇਸ ਤੋਂ ਪਹਿਲਾਂ ਤੁਸੀਂ ਆਪਣੀ ਟੇਸਟ ਅਨੁਸਾਰ ਕੁਛ ਵੀ ਪਾ ਸਕਦੇ ਹੋ ਪਿਛਲੀ ਵਾਰ ਆਪਾਂ ਗਿਰੀਆ ਬਦਾਮ ਪਾਏ ਸੀ ਸੋਗੀ ਪਾਈ ਸੀ ਇਸ ਵਾਰ ਸਾਡਾ ਮਨ ਕਰ ਗਿਆ ਕਿ ਆਪਾਂ ਕਿਟਕੈਟ ਪਾ ਦਿੰਦੇ ਉੱਪਰ ਇਹ ਸ਼ੈਫ ਸਾਹਿਬ ਕਿਟਕੈਟ ਲਾ ਰਹੇ ਨੇ ਸ਼ੈਫ ਸਾਹਿਬ ਕਿਟਕੈਟ ਤੁਸੀਂ ਗਿਣ ਕੇ ਲਾ ਰਹੇ ਹੋ ਕਿ ਉੱਦਾਂ ਅੰਦਾਜ਼ੇ ਨਾਲ ਲਾ ਰਹੇ ਹੋ ਇਹ ਵੀ ਦੱਸ ਦਿਓ ਤੁਸੀਂ ਜਿੰਨੀਆਂ ਲੱਗੀਆਂ ਆਪਾਂ ਵੈਸੇ ਡਿਜ਼ਾਈਨ ਨਾਲ ਕਿਟਕੈਟ ਲਾ ਰਹੇ ਹਾਂ ਉੱਪਰ ਬਾਕੀ ਆਪਾਂ ਇੱਕ ਹੋਰ ਚੋਕਲੇਟ ਲਿਆਂਦੀ ਉਹਨੂੰ ਪਿਘਲਾ ਕੇ ਆਪਾਂ ਉੱਪਰ ਇੱਕ ਪੇਸਟ ਬਾਅਦ ਵਿੱਚ ਬਣਾ ਦਾਂਗੇ ਇੱਕ ਉਹ ਵੀ ਵਧੀਆ ਡਿਜ਼ਾਈਨ ਹੈ ਇਹ ਕੇਕ ਨੂੰ ਬੰਦ ਰੱਖ ਦੇਣਾ ਵਾ ਇਹ ਡੱਬਾ ਤੁਸੀਂ ਕੇਕ ਤੁਹਾਡਾ ਸਾਰਾ ਪੂਰਾ ਤਿਆਰ ਹੋ ਗਿਆ ਇਹਨੂੰ ਤੁਸੀਂ ਰੱਖ ਲੈਣਾ ਕੁੱਕਰ ਦੇ ਅੰਦਰ ਕੁੱਕਰ ਦੇ ਅੰਦਰ ਬੜੇ ਧਿਆਨ ਰੱਖਣਾ ਕੁੱਕਰ ਤੁਹਾਡਾ ਪੂਰਾ ਗਰਮ ਹੋ ਗਿਆ ਹੋਊਗਾ ਯੈਸ ਸ਼ੋ ਵੈਰੀ ਗੁੱਡ ਉਹਨੂੰ ਸਿੱਧਾ ਕਰ ਲਓ ਅੰਦਰ ਤੁਸੀਂ ओके डन आप ना चलो सब सेट हो गया पका देना बंद तेनु 15 मिनट के बाद तू चेक कर लेना यस 15 से 20 मिनट के बीच तेरा केक तैयार हो जाना है तू चेक करते रहना है केक बनाना है कोई वो नहीं बनाना याद रखो कुकर की सीटी लगी होनी चाहिए या सीटी माल देना रहे यस चलो